ਸਸਿਕਾਲ ਪੰਜਾਬ ਟੁਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਚੌਥੀ ਲਹਿਰ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਬਿਨਾਂ ਮਾਸਕ ਦੇ ਘੁੰਮਣ ਵਾਲਿਆਂ ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਭੀੜ ਭਾੜ ਵਾਲੀ ਜਗ੍ਹਾ ਤੇ ਕੋਈ ਵੀ ਵਿਅਕਤੀ ਬਿਨਾਂ ਮਾਸਕ ਤੋਂ ਨਹੀਂ ਘੁੰਮੇਗਾ। ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਜੇ ਕੋਈ ਵਿਅਕਤੀ ਬਿਨਾਂ ਮਾਸਕ ਤੋਂ ਭੀੜ ਭਾੜ ਵਾਲੀ ਜਗ੍ਹਾ ਤੇ ਆਉਂਦਾ ਹੈ ਤਾਂ ਉਸਦਾ ਚਲਾਨ ਕੀਤਾ ਜਾਏ। ਪੰਜਾਬ ਸਰਕਾਰ ਦੇ ਹੁਕਮਾਂ ਦੀ ਲੋਕ ਕਿੰਨੀ ਕੁ ਪਾਲਣਾ ਕਰਦੇ ਨੇ ਇਹ ਦੇਖਣ ਦੇ ਲਈ ਜਦੋਂ ਸਾਡੀ ਟੀਮ ਸਿਵਲ ਹਸਪਤਾਲ ਪਹੁੰਚੀ ਤਾਂ ਦੇਖਿਆ ਜਿੱਥੇ ਜ਼ਿਆਦਾਤਰ ਆਮ ਲੋਕ ਬਿਨਾਂ ਮਾਸਕ ਦੇ ਸਿਵਲ ਹਸਪਤਾਲ ਦੇ ਵਿੱਚ ਘੁੰਮਦੇ ਨਜ਼ਰ ਆਏ, ਉੱਥੇ ਹੀ ਸਰਕਾਰੀ ਡਾਕਟਰ ਅਤੇ ਸਰਕਾਰੀ ਮੁਲਾਜ਼ਮ ਵੀ ਬਿਨਾਂ ਮਾਸਕ ਦੇ ਨਜ਼ਰ ਆਏ। ਮੇਰਾ ਨਾਮ ਡਾਕਟਰ ਸੁਖਦੀਪ ਵਰਮਾ। ਮੈਨੇ ਤਾਂ ਡਾਲਾ ਹੋਇਆ, ਨਹੀਂ ਨਹੀਂ ਮੈਨੇ ਡਾਲਾ ਹੋਇਆ। ਬਾਕੀ ਜਿੰਨੇ ਆਪਕੇ ਆਸ ਪਾਸ ਬੈਠੇ ਹੈ ਸਭੀ ਬਿਨਾਂ ਮਾਸਕ ਕੇ ਬੈਠੇ ਹੈ। ਐਕਚੁਲੀ ਅਭੀ ਕੋਈ ਪੇਸ਼ੈਂਟ ਨਹੀਂ ਹੈ ਇਸ ਟਾਈਮ ਪੇ, ਇਸ ਲਈ ਹਮਨੇ ਉਤਾਰਾ ਹੋਗਾ। ਲੇਕਿਨ ਬਟ ਦੇਖੀਏ ਨਾ, ਹਮਨੇ ਰੋਪਸ ਲਗਾਈ ਹੈ ਇਧਰ। ਅਭੀ ਵੀ ਆਪਕੇ ਸਾਹਮਨੇ ਬੈਠੇ ਕਿਸੀ ਨੇ ਮਾਸਕ? ਹਾਂਜੀ, ਬਟ ਸਭ ਦੂਰ ਦੂਰ ਬੈਠੇ। ਹੋਟਲ ਲੈ ਆਏ ਪਰਨਾ, ਉਹ ਡਿੱਗ ਗਿਆ ਉੱਥੇ ਜੀ ਉਹਦੇ। ਸਰ ਜੀ, ਮੈਂ ਪਰਨਾ ਲੈ ਕੇ ਰੱਖਿਆ ਸਰ, ਮਾਸਕ ਮੈਂ ਸਹੀ ਨਹੀਂ ਲੱਗਦਾ, ਪਰਨਾ ਬੰਨਿਆ ਆਪਣਾ, ਮੈਂ ਪਰਨਾ ਮੇਰੇ ਮਿੱਟੀ 'ਚ ਡਿੱਗ ਗਿਆ ਉਹਦੇ ਕਰਕੇ ਮੋਟਰਸਾਈਕਲ ਰੱਖਿਆ ਉਹਦੇ 'ਚ। ਮਾਸਕ ਲੈ ਕੇ ਨਹੀਂ ਆਏ ਭੂਲ, ਅੱਜ ਤੱਕ ਨਹੀਂ ਨਾ ਵੈਸੇ ਵੀ ਇੰਜੈਕਸ਼ਨ। ਸੋ ਮੈਂ ਫਸਟ ਟਾਈਮ ਆਈ ਹੂੰ, ਇਸ ਲਈ ਮੈਨੂੰ ਪਤਾ ਨਹੀਂ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਭੁਟਾਲ ਕਲਾਂ ਨੂੰ ਕੇਂਦਰ ਸਰਕਾਰ ਦੇ ਪੰਚਾਇਤੀ ਮੰਤਰਾਲੇ ਵੱਲੋਂ ਰਾਸ਼ਟਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਮੰਤਰਾਲੇ ਵੱਲੋਂ ਇਹ ਪੁਰਸਕਾਰ ਹਰ ਸਾਲ ਪੰਚਾਇਤਾਂ ਦੀ ਕਾਰਗੁਜ਼ਾਰੀ ਦੇ ਆਧਾਰ ਤੇ ਦਿੱਤਾ ਜਾਂਦਾ ਹੈ ਤੇ ਇਸ ਵਾਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੁਟਾਲ ਨੂੰ ਚੁਣਿਆ ਗਿਆ ਹੈ। ਇਸ ਪਿੰਡ ਵਿੱਚ ਅਤਿ ਆਧੁਨਿਕ ਸਹੂਲਤਾਂ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਦੇ ਨਾਲ ਹੀ ਪੰਚਾਇਤ ਵੱਲੋਂ ਹਰ 6 ਮਹੀਨੇ ਬਾਅਦ ਗ੍ਰਾਮ ਸਭਾ ਬੁਲਾ ਕੇ ਪਿੰਡ ਦੇ ਲੋਕਾਂ ਨੂੰ ਫੰਡ ਅਤੇ ਖਰਚ ਦਾ ਸਾਰਾ ਹਿਸਾਬ ਦਿੱਤਾ ਜਾਂਦਾ ਹੈ ਅਤੇ ਲੋਕਾਂ ਦੀ ਰਾਏ ਮੁਤਾਬਕ ਹੀ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾਂਦੇ ਹਨ। ਜੋ ਵੀ ਲਿਫਟ ਹੈ ਜਿਹੜੀ ਉਹ ਸਰਕਾਰ ਨਹੀਂ ਕਰਾ ਰਹੀ, ਜਿਹੜੀ ਬੱਤਰਕੰਡਾ ਦੇ ਵਿੱਚ ਕਹਿੰਦੀ ਸੀ ਪੰਜਾਬ ਸਰਕਾਰ ਵੀ ਇਹ ਮਾਲ ਇੱਥੋਂ ਭਰ ਭਰ ਕੇ ਬੱਤਰਕੰਡਾ ਦੇ ਵਿੱਚ ਅਸੀਂ ਚੱਕ ਲੋਡਿੰਗ ਕਰਾ ਦਾਂਗੇ ਜਾਂ ਮਾਲ ਚੁਕਾ ਦਾਂਗੇ, ਉਹ ਮੰਡੀਆਂ ਦੇ ਵਿੱਚ ਸਮੱਸਿਆ ਸਾਡੇ ਮਜ਼ਦੂਰਾਂ ਨੂੰ ਬਹੁਤ ਆਈਆਂ ਵੀ ਹੈ, ਜਿਹੜੀਆਂ ਇਸ ਤੋਂ ਬਾਅਦ ਮਾਲ ਘਟਣਗੇ ਉਹਦੀਆਂ ਕਟੌਤੀਆਂ ਸਾਥੋਂ ਜੋ ਵੀ ਕੱਟੀਆਂ ਸਰਕਾਰਾਂ ਕੱਟਣਗੀਆਂ ਉਹ ਅਸੀਂ ਨਹੀਂ ਦੇਵਾਂਗੇ। ਜੇ ਸਾਡੀਆਂ ਪੰਜਾਬ ਸਰਕਾਰ ਨੇ ਨਹੀਂ ਮੰਗਾਂ ਪੂਰੀਆਂ ਕਰੀਆਂ ਤਾਂ ਇਸ ਤੋਂ ਬਾਅਦ ਅਸੀਂ ਸਾਰੀਆਂ ਮੰਡੀਆਂ ਦੇ ਵਿੱਚ ਪ੍ਰਚਾਰ ਕਰਕੇ ਮੰਡੀਆਂ ਨੂੰ ਸੱਦਾ ਲਾਵਾਂਗੇ ਤਾਂ ਪੰਜਾਬ ਪੱਧਰ 'ਤੇ ਅਸੀਂ ਮੰਡੀਆਂ ਬੰਦ ਕਰਾਂਗੇ। ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ। ਅੱਜ ਸਰਸਾ ਰੋਡ ਧਰਨਾ ਲਾਇਆ, ਧਰਨਾ ਇਸ ਕਰਕੇ ਲਾਇਆ ਜੀ 11 ਤਰੀਕ ਦੀ ਬੋਲੀ ਪਈ ਹੋਈ ਹੈ, ਪਰ ਜੇ ਪਹਿਲੀ ਜੀ ਹਜੇ ਤੱਕ ਕੋਈ ਵੀ ਗੱਟਾ ਨਹੀਂ ਚੱਕਿਆ ਗਿਆ ਹੈ ਸਾਡਾ ਜੀ। ਸਾਡਾ ਮਹਿਕਮੇ ਵਾਲਿਆਂ ਨੂੰ ਇਹੀ ਕਹਿਣਾ ਬਣਦਾ ਕਿ ਸਾਡਾ ਛੇਤੀ ਤੋਂ ਛੇਤੀ ਮਾਲ ਚੁਕਾਇਆ ਜਾਵੇ, ਸਾਡੀਆਂ ਲੇਬਰਾਂ ਖਰਚਾ ਖਾਈ ਜਾਂਦੀਆਂ ਨੇ ਜੀ ਬੈਠੀਆਂ ਨੇ, ਸਾਡੇ ਕੋਲ ਮਾਲ ਆਉਂਦਾ ਨਹੀਂ ਹੈਗਾ। ਪਿਛਲੀ ਵਾਰੀ ਮੇਰੇ ਕੋਲ 10,000 ਗੱਟਾ ਸੀ, ਐਤਕੀ 4,000 ਗੱਟਾ ਰਹਿ ਗਿਆ ਜੀ। ਮੇਰੇ ਕੋਲ 10 ਬੰਦੇ ਆ ਜੀ, 10 ਬੰਦਿਆਂ 'ਚ ਮੈਂ ਕੀ ਦੇਊਂਗਾ, ਕੀ ਲੈ ਕੇ ਜਾਣਗੇ ਜੀ? 17-17 ਹਜ਼ਾਰ ਜ਼ਿਮੀਦਾਰਾਂ ਦੇ ਖਾਤਿਆਂ 'ਚ ਪਾਤਾ, ਸਾਡੇ ਕੋਲ ਗਰੀਬਾਂ ਨੂੰ ਕੀ ਦਿੱਤਾ ਇਹਨਾਂ ਨੇ? ਗਰੀਬਾਂ ਦੀ ਕੋਈ ਗੱਲ ਹੀ ਨਹੀਂ ਕਰਦਾ, ਸਾਡੇ ਗਰੀਬਾਂ ਵਾਸਤੇ ਕੋਈ ਗੱਲ ਹੀ ਨਹੀਂ ਸੁਣਦਾ ਹੈਗਾ ਜੀ ਸਾਡੀ। ਕੋਈ ਨਹੀਂ ਯਾਰ, ਚੱਲਣਾ ਮਸਲਾ ਤਾਂ ਬਸ ਆਹੀ ਹੈ ਜੀ, ਸਾਡਾ ਮਾਲ ਨਹੀਂ ਚੱਕਿਆ ਯਾਰ, ਕੋਈ ਹੱਲ ਨਹੀਂ ਹੋ ਰਿਹਾ, ਸਾਡੀ ਗਰੀਬਾਂ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ, ਪੈਸਾ ਪੈਸੇ ਵਾਲੇ ਕੰਨੀ ਜਾਂਦਾ ਜੀ, ਗਰੀਬਾਂ ਦੀ ਕੋਈ ਗੱਲ? ਸਾਡੇ ਮੁੰਡੇ ਨੇ ਪੜ੍ਹੇ ਲਿਖੇ ਫਿਰਦੇ ਨੇ, ਇੱਥੇ ਮੰਡੀਆਂ 'ਚ ਧੱਕੇ ਖਾਈ ਜਾਂਦੇ ਨੇਗੇ, ਕੋਈ ਸੁਣਦੀ ਨਹੀਂ। ਭਗਵੰਤ ਮਾਨ ਨੂੰ ਅਸੀਂ ਸਾਹਿਬ ਨੂੰ ਕਿਹੜਾ ਵੋਟਾਂ ਨਹੀਂ ਪਾਈਆਂ ਬਾਈ, ਪਾਈਆਂ ਨੇ ਵੋਟਾਂ ਸੀ, ਰੇਹਾਂ ਸਪਰੇਹਾਂ ਦੀ ਗੱਲ ਕਰਕੇ ਗਏ ਨੇ ਉੱਤੇ, ਸਾਡੀ ਗਰੀਬਾਂ ਦੀ ਕਿਉਂ ਨਹੀਂ ਗੱਲ ਕਰੀ, ਪੱਲੇਦਾਰਾਂ ਦੀ ਕਿਉਂ ਨਹੀਂ ਗੱਲ ਕਰੀ ਭਾਈ? ਸਾਡੀ ਵੀ ਗੱਲ ਕਰਨੀ ਚਾਹੀਦੀ ਸੀ, ਅਸੀਂ ਵੀ ਵੋਟਾਂ ਪਾਈਆਂ ਨੇ, ਅਸੀਂ ਵੀ ਫਰਕ ਕਰਾ ਉਹਨਾਂ ਦੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਸਾਡੀ ਕਿਉਂ ਨਹੀਂ ਗੱਲ ਕਰ ਰਹੇ? ਅਮਰੀਕਾ ਦਾ 18 ਮੈਂਬਰੀ ਹਾਈ ਪਾਵਰ ਵਫਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜਾ, ਜਿੱਥੇ ਉਹਨਾਂ ਦਾ ਸਵਾਗਤ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਹਾਜ਼ਰ ਸਨ। ਅੰਮ੍ਰਿਤਸਰ ਦੇ ਹਵਾਈ ਅੱਡੇ ਉੱਤੇ ਅਮਰੀਕੀ ਵਫਦ ਦਾ ਸਵਾਗਤ ਕੀਤਾ ਗਿਆ ਤੇ ਇਸ ਅਮਰੀਕੀ ਵਫਦ ਨੂੰ ਪੰਜਾਬ ਦੇ ਹੋਰ ਪੁਰਾਤਨ ਹਿੱਸਿਆਂ ਤੋਂ ਵੀ ਜਾਣੂ ਕਰਵਾਇਆ ਜਾਵੇਗਾ। ਇੱਕ
चंगे संबंध बन अपने अमेरिका नाल सिख कौम के, इस करके इन्हों लैके आए हैं इतने। तो गांव वास्ते भी आया जे सैनेटर होर लैके आवेंगे जिन्होंने साढ़े इन्हों पता लगे भी अभी कितों हाँ सा कल्चर है साड़ा की बैकग्राउंड है तो उन्हें सानू कोई उत्थे प्रॉब्लम ना आए जिहड़े साड़ी उत्थे आवाज चकते रहे बंदे सारे रहना चाहिए जी जरूर रहना चाहिए सारे मुल्कों च भाईचारा रहना चाहिए ना कि अमेरिका तो इंडिया के सारे मुल्कों का ही भाईचारा रहना चाहिए। मैं पूछा जरूर उन्होंने हाँ जी हाँ जी बहुत वधिया लगे उन्होंने जो फेस से खुशी सी बहुत वधिया लगी भी उन्होंने अपने भी खुल के आए ने वो तो गांव वास्ते भी उन्होंने कहा भी असं गेड़ा फिर मारांगे दोबारा हमेशा चुकते हैं जी। So we have just come from Poland, so we were able to meet with the 82nd Airborne, our troops, our service members who are there to be prepared should there be any violation of NATO. And we stand shoulder to shoulder with the Ukrainians. We are providing them the weapons they need to fight this war to win. And all God-fearing, loving people of the world should support those who have been unfairly attacked. We had excellent meetings in Delhi with your ministers and your leaders. Those meetings were comprehensive. We talked about things we can work on together, from defense to intelligence to space, things we can do as countries पंजाब के नवे बने मंत्री लगातार एक्शन मोड दे विच नजर आ रहे हैं अते लगातार सरकारी विभागों की चैकिंग की जा रही है। इस कड़ी तहत पंजाब के सिक्ख्या मंत्री मीत देर अज गढ़शंकर के सरकारी सीनियर सैकेंडरी स्कूल अते पिंड लल्लियां के सरकारी एलीमेंटरी स्कूल का अचनचेत दौरा करके स्कूल का मुआयना करन पहुंचे। इस समय सिक्ख्या मंत्री वल्लों स्कूल दे टीचरां ते बच्चियां नाल गलबात करके उन्हां दीआं समस्यावां नूं सुनिया गया। इस मौके गलबात करदिआं सिक्ख्या मंत्री मीत हेयर ने कहा कि पंजाबियां वल्लों दित्ते फतवे तहत लोकां नूं किसी भी समस्यावां दा सामना नहीं करन दित्ता जाएगा। जो स्कूल च कमियां पेशियां जिन्हां नूं सरकार ठीक कर सकती है उन्हां बारे भी मैं जानकारी ली है। सो असी सारे पंजाब दे विच मैं जा रहा हाँ फीडबैक जिहड़ा ग्राउंड ते जाके हर जिले चों असी लैण दी कोशिश कर रहे हां। जिहड़े कल भी मेरे कोल अध्यापक जिहड़े जथेबंदियां दे साथी ओह आए सीगे उन्हां तों भी फीडबैक ली क्योंकि असी जिहड़ा एजुकेशन सिस्टम है उहनूं सुधारना चाहुंदे हां। की कमियां पेशियां ने वो उत्थे दफ्तरां च बैठ के नहीं पता लगदियां, वो ग्राउंड ते आके जिहड़ियां पता लगदियां ने। तुसीं देखो जिहड़ी पिछे बिल्डिंग है बड़ी पुरानी बिल्डिंग है, मैं लगता भी दो फुट तक डूंगी हुई पई है जी, है ना। सो ये सारिया चीज़ा जिहड़ियां ने ठीक करन वालियां ने गियां आने वाले समय च, क्योंकि सरकार की प्रायोरिटी एजुकेशन एंड हैल्थ बड़ी जल्दी ये काम है जो शुरू हो जाऊगा। एक सर सारे पंजाब की यह दिक्कत है जी कि जेडे फोर्थ क्लास है जेडे वो नहीं है, यदा भी प्रबंध है जोड़ा आने वाले समय से करा नॉन टीचिंग स्टाफ का प्रबंध भी सारे पंजाब द्वारा वह प्रबंध भी जोड़ा बड़ी जल्दी है। टीचर तो अभी कड़ ही रहे जी, साढ़े 10,000 असामिया जिड़िया मुख्यमंत्री साहब जेडे अनाउंस कर चुके हैं टीचर्स दी। यह पहली सरकार है भी जिन्हें पहले महीने के जिड़िया असामिया कटदियां ने। आम तौर पर सरकार जो जाने वाली होंगे ने उदो असामिया कटदियां ने, तो सानू सारयां नूं पता पिछले समय च कुछ कोर्ट चो स्टे हो जांदियां ने, कुछ दा वैसे रौला पै जांदा, डिपार्टमेंट तौर पर इहनू नोटिफिकेशन नहीं हो पाउंदी, लास्ट ते जांदे जांदे उहनूं कोड ऑफ कंडक्ट लग जांदा, वह सारियां असामिया विच दे विच रह जांदियां। पिछले साल मतलब कि तुसीं देखो भी बड़ियां असामिया वोटां दे नेड़े कढ़ियां गईआं पर 5 साल कोई कढ़ी नहीं गई। सो असीं क्योंकि मुख्यमंत्री साहब दा इक्को इक एजेंडा कि पंजाब नूं अगे लैके जाना, एजुकेशन अगे लैके जाना, इस करके उन्होंने पहले महीने ही जिहड़ियां 25,000 असामिया की जिहड़ी अनाउंसमेंट की गई वह हुण जिहड़ी प्रक्रिया चल रही है तकरीबन 10,000 प्लस जिहड़ियां पोस्टां विचों एजुकेशन डिपार्टमेंट दी। पंजाब सरकार दे हदायतां तहत सूबे अंदर भैड़े अंसरां नूं नत्त पाउण लई चलाई गई मुहिम तहत SSP देहाती अमृतसर ते DSP अटारी वल्लों नशियां खिलाफ़ चलाई गई स्पैशल मुहिम तहत थाना लोपोके दे नवें नियुक्त मुखी नरेंद्र सिंह ते एक्साइज विभाग दी इंस्पैक्टर राजविंदर कौर वल्लों गुप्त सूचना दे आधार ते पिंड ख्याला विखे रेड कीता गया अते इस मौके 7600 किलो लाण, 50 ड्रम 100 किलो, 8 ड्रम 200 किलो बरामद किए गए, जिस विच हरप्रीत सिंह नूं गिरफ्तार कर लिया गया है ते बाकी मुलजम मौके तो फरार हो गए हैं ते पुलिस वल्लों दोषियों की भाल की जा रही है।
ਵੱਲੋਂ ਫੁੱਲ ਹਦਾਇਤ ਆ ਜੀ ਅਤੇ ਫੁੱਲ ਸਪੋਰਟ ਆ ਮੈਨੂੰ ਫੋਰਸ ਦੀ ਕੋਈ ਕਮੀ ਨਹੀਂ ਫੋਰਸ ਮੈਨੂੰ ਮੈਂ ਜਿੰਨੀ ਮੰਗਦਾ ਮੈਨੂੰ ਫੋਰਸ ਮਿਲ ਰਹੀ ਆ ਪਰ ਮੈਂ ਤੁਹਾਨੂੰ ਇਹ ਕਹਿੰਦਾ ਵੀ ਮੈਂ ਜਲਦੀ ਤੋਂ ਜਲਦੀ ਇਹ ਨਸ਼ਾ ਖਤਮ ਕਰ ਦਿਆਂਗਾ ਜਿਹੜਾ ਖਿਆਲੇ ਦੇ ਵਿੱਚ ਆ ਇਹ ਜਿਹੜੇ ਬੰਦੇ ਨੂੰ ਹੱਥ ਪਾਵਾਂਗਾ ਦੂਜੀ ਵਾਰੀ ਉਹਦੀ ਜ਼ਰੂਰਤ ਨਹੀਂ ਪੈਣ ਦਾਂਗਾ ਵੀ ਇਹ ਦੂਜੀ ਵਾਰੀ ਨਸ਼ਾ ਜਿਹੜਾ ਇਹ ਪਾਉਣ ਦੀ ਕੋਸ਼ਿਸ਼ ਕਰੇਗਾ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਸਾਡੀ ਹੁਣ ਜਿਹੜੀਆਂ ਵੱਖ ਟੀਮਾਂ ਬਣਾਤੀਆਂ ਨੇ ਸਾਨੂੰ ਫੁੱਲ ਅਖਤਿਆਰ ਵੀ ਕੋਈ ਗਲਤ ਕੰਮ ਨਹੀਂ ਕਰਨਾ ਅਤੇ ਜਿਹੜਾ ਮਾੜਾ ਬੰਦਾ ਉਹਨੂੰ ਉਹ 'ਤੇ ਕਾਰਵਾਈ ਕਰਨੀ ਆ ਮੇਰੀ 3 ਦਿਨ ਦੀ ਪੋਸਟਿੰਗ ਆ ਅਜੇ ਪਰਸੋਂ ਜਿਹੜੇ ਆਏ ਆ ਕੋਈ ਨਸ਼ਾ ਤਸਕਰ ਜਿਹੜਾ 40 ਗ੍ਰਾਮ ਹੈਰੋਨ ਫੜ ਲਈ ਆ ਅੱਜ ਆਹ ਕਰ ਲਿਆ ਇਸੇ ਤਰੀਕੇ ਨਾਲ ਕੰਟੀਨਿਊ ਰਹੇਗਾ ਹਰ ਪਿੰਡ ਦੇ ਵਿੱਚ ਜਿਹੜੇ ਇਹ ਕ੍ਰਾਈਮ ਕਰਨ ਵਾਲੇ ਬੰਦੇ ਨੇ ਬੜੇ ਚੰਦ ਬੰਦੇ ਨੇ ਕੋਈ ਗੱਲ ਨਹੀਂ ਸਾਰੇ ਬਿਲਕੁਲ ਐਂ ਸਾਫ਼ ਕਰ ਦਿਆਂਗੇ।